ਸਿੱਧੂ ਮੂਸੇਵਾਲਾ ਦੇ ਫੈਨਸ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਦੱਸਦੀ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਡਾਇਲਮਾ ਜਲਦ ਹੀ ਰਿਲੀਜ਼ ਹੋ ਸਕਦਾ ਹੈ। ਜੀ ਹਾਂ, ਸਿੱਧੂ ਮੂਸੇਵਾਲੇ ਨਾਲ ਸਟੈਫ ਲੰਡਨ ਦਾ ਇਹ ਨਵਾਂ ਗੀਤ ਜਲਦ ਰਿਲੀਜ਼ ਹੋ ਸਕਦਾ ਹੈ, ਜਿਸ ਦੀ ਜਾਣਕਾਰੀ ਖੁਦ ਸਟੈਫ ਲੰਡਨ ਨੇ ਇੱਕ ਪੋਸਟ ਪਾ ਕੇ ਦਿੱਤੀ ਹੈ। ਦੱਸਦੀ ਕਿ ਬੀਤੀ ਦਿਨੀ ਸਟੈਫ ਲੰਡਨ ਨੇ ਨਵੇਂ ਗਾਣੇ ਦੇ ਕੁਝ ਕਲਿਪਸ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਏ ਸੀ, ਤੇ ਜਿਸ ਦੇ ਵਿੱਚ ਕੈਪਸ਼ਨ ਦੇ ਵਿੱਚ ਸਟੈਫ ਲੰਡਨ ਨੇ ਲਿਖਿਆ ਸੀ ਕਿ ਜੇਕਰ ਇਸ ਪੋਸਟ ਤੇ 1 ਲੱਖ ਤੋਂ ਜ਼ਿਆਦਾ ਕਮੈਂਟ ਆਉਂਦੇ ਨੇ ਤੇ ਉਹ ਜਲਦ ਹੀ ਸਿੱਧੂ ਮੂਸੇਵਾਲੇ ਨਾਲ ਨਵਾਂ ਗੀਤ ਸਟੈਫ ਲੰਡਨ ਦੇ ਵੱਲੋਂ ਜਿਹੜਾ ਗਾਇਆ ਗਿਆ ਹੈ ਉਹ ਜਲਦ ਹੀ ਰਿਲੀਜ਼ ਕਰ ਦਿੱਤਾ ਜਾਵੇਗਾ। ਤੇ ਕੁਝ ਹੀ ਘੰਟਿਆਂ ਬਾਅਦ ਇਸ ਪੋਸਟ ਤੇ 1 ਲੱਖ ਤੋਂ ਜ਼ਿਆਦਾ ਕਮੈਂਟ ਆ ਜਾਂਦੇ ਨੇ, ਜਿਸ ਤੋਂ ਬਾਅਦ ਸਟੈਫ ਲੰਡਨ ਇੱਕ ਨਵੀਂ ਪੋਸਟ ਪਾਉਂਦੀ ਹੈ, ਜਿਸ ਦੇ ਵਿੱਚ ਉਸਨੇ ਲਿਖਿਆ ਹੈ ਕਿ ਜੇਕਰ ਤੁਸੀਂ ਵੀ ਡਾਲਮਾ ਮਿਊਜ਼ਿਕ ਵੀਡੀਓ ਦਾ ਪਾਰਟ ਬਣਨਾ ਚਾਹੁੰਦੇ ਹੋ, ਤੁਸੀਂ ਮੈਨੂੰ ਤੇ ਸਟੀਲ ਬੈਂਗਲਰਸ ਨੂੰ ਕੱਲ੍ਹ 4 ਵਜੇ, ਸ਼ਾਮ ਦੇ 4 ਵਜੇ, ਟੀ ਸਾਊਥ ਰੋਡ ਨਾਨ ਸਟੈਪ ਸਾਊਥ ਹੋਲ UB 1 1RR ਜੋ ਕਿ ਲੰਡਨ ਦੇ ਵਿੱਚ ਹੈ, ਉੱਥੇ ਮਿਲ ਸਕਦੇ ਹੋ। ਅਤੇ ਤੁਸੀਂ ਵੀ ਜੇਕਰ ਸਿੱਧੂ ਮੂਸੇਵਾਲੇ ਦੀ ਨਵੀਂ ਮਿਊਜ਼ਿਕ ਵੀਡੀਓ ਦਾ ਪਾਰਟ ਬਣਨਾ ਚਾਹੁੰਦੇ ਹੋ, ਤੁਸੀਂ ਇਸ ਐਡਰੈਸ 'ਤੇ ਜਾ ਕੇ ਮਿਲ ਸਕਦੇ ਹੋ ਅਤੇ ਤੁਹਾਨੂੰ ਸਟੈਫ ਲੰਡਨ ਅਤੇ ਸਟੀਲ ਬੈਂਗਲਰਸ ਨੂੰ ਮਿਲਣ ਦਾ ਵੀ ਮੌਕਾ ਮਿਲੇਗਾ। ਸੋ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ।